ਇੱਕ ਵਾਰ ਫਿਰ ਤੋਂ ਹਿੱਟ ਐਂਡ ਰਨ ਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਦੱਸ ਦਈਏ ਕਿ ਹੁਣ ਇੱਕ ਸਕੂਲ ਦੀ ਵੈਨ ਦੇ ਵੱਲੋਂ ਇੱਕ ਬਾਈਕ ਸਵਾਰ ਨੂੰ ਟੱਕਰ ਮਾਰੀ ਗਈ ਹੈ, ਜਿਸ ਤੋਂ ਬਾਅਦ ਮੌਕੇ 'ਤੇ ਹੀ ਜੋ ਵੈਨ ਦਾ ਚਾਲਕ ਹੈ ਉਹ ਫਰਾਰ ਹੋ ਗਿਆ ਅਤੇ ਘਟਨਾ CCTV ਦੇ ਵਿੱਚ ਕੈਦ ਹੋਈ ਹੈ। ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਇੱਕ ਪੀਲੇ ਰੰਗ ਦੀ ਵੈਨ ਸੜਕ 'ਤੇ ਆਉਂਦੀ ਹੋਈ ਦਿਖਾਈ ਦੇ ਰਹੀ ਹੈ ਅਤੇ ਇਸ ਦੇ ਅੱਗੇ ਜਾ ਰਹੇ ਬਾਈਕ ਨੂੰ ਇਹ ਟੱਕਰ ਮਾਰ ਦਿੰਦੀ ਹੈ। ਟੱਕਰ ਮਾਰਨ ਤੋਂ ਬਾਅਦ ਇਹ ਉਸ ਬਾਈਕ ਸਵਾਰ ਨੂੰ ਧੂ ਕੇ ਆਪਣੇ ਨਾਲ ਸੜਕ ਦੇ ਦੂਜੇ ਪਾਸੇ ਜੋ ਖਦਾਨਾ ਨੇ ਉੱਧਰਲੇ ਪਾਸੇ ਲੈ ਜਾਂਦੀ ਹੈ ਅਤੇ ਉੱਥੋਂ ਜਾ ਕੇ ਕਿਹਾ ਜਾ ਰਿਹਾ ਕਿ ਜੋ ਡਰਾਈਵਰ ਹੈ ਨਿਕਲਦਾ ਵੈਨ ਦੇ ਵਿੱਚੋਂ ਅਤੇ ਉੱਥੋਂ ਫਰਾਰ ਹੋ ਜਾਂਦਾ। ਹਾਲਾਂਕਿ ਮੌਕੇ ਦੇ ਉੱਤੇ ਕੁਝ ਲੋਕ ਵੀ ਭੱਜ ਕੇ ਜਾਂਦੇ ਨੇ ਤਾਂ ਜੋ ਬਾਈਕ ਸਵਾਰ ਨੂੰ ਬਚਾਇਆ ਜਾ ਸਕੇ, ਪਰ ਕਿਹਾ ਜਾ ਰਿਹਾ ਕਿ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਤਾਂ ਭਿਆਨਕ ਸੜਕ ਹਾਦਸੇ ਦੀਆਂ ਇਹ ਤਸਵੀਰਾਂ ਮਹਾਰਾਸ਼ਟਰ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਸਕੂਲ ਦੀ ਵੈਨ ਦੇ ਵੱਲੋਂ ਅੱਗੇ ਜਾ ਰਹੇ ਬਾਈਕ ਨੂੰ ਟੱਕਰ ਮਾਰੀ ਗਈ ਅਤੇ ਵੈਨ ਦਾ ਜੋ ਚਾਲਕ ਹੈ ਮੌਕੇ ਤੋਂ ਹੀ ਫਰਾਰ ਹੋ ਗਿਆ। ਫਿਲਹਾਲ ਮੌਕੇ 'ਤੇ ਪੁਲਿਸ ਪਹੁੰਚੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤਾਂ ਭਿਆਨਕ ਤਸਵੀਰਾਂ ਮਹਾਰਾਸ਼ਟਰ ਤੋਂ ਸਾਹਮਣੇ ਆਈਆਂ, ਜਿੱਥੇ ਕਿ ਇੱਕ ਇਹ ਸਕੂਲ ਵੈਨ ਦੇ ਵੱਲੋਂ ਅੱਗੇ ਜਾ ਰਹੇ ਬਾਈਕ ਸਵਾਰ ਨੂੰ ਟੱਕਰ ਮਾਰੀ ਗਈ। ਦੱਸਦੀ ਕਿ ਬਾਈਕ ਸਵਾਰ ਕੱਟ ਤੋਂ ਮੁੜਨ ਲੱਗਦਾ ਹੈ ਅਤੇ ਮੁੜਦੇ ਸਮੇਂ ਕਿਹਾ ਜਾ ਰਿਹਾ ਕਿ ਪਿੱਛੋਂ ਬੱਸ ਕਾਫੀ ਜ਼ਿਆਦਾ ਜੋ ਸਕੂਲ ਦੀ ਵੈਨ ਹੈ ਉਹ ਤੇਜ਼ ਆ ਰਹੀ ਸੀ ਅਤੇ ਆਉਂਦੇ ਸਾਰ ਹੀ ਇਸਨੇ ਬਾਈਕ ਸਵਾਰ ਦੇ ਵਿੱਚ ਟੱਕਰ ਮਾਰੀ ਅਤੇ ਟੱਕਰ ਮਾਰਨ ਤੋਂ ਬਾਅਦ ਬਾਈਕ ਸਵਾਰ ਇਸ ਵੈਨ ਦੇ ਹੇਠਾਂ ਫਸ ਜਾਂਦਾ ਅਤੇ ਇਹ ਵੈਨ ਰੁਕਣ ਦੀ ਥਾਂ ਉਸਨੂੰ ਧੂ ਕੇ ਆਪਣੇ ਨਾਲ ਸੜਕ ਦੇ ਦੂਜੇ ਪਾਸੇ ਲੈ ਜਾਂਦੀ ਹੈ, ਜਿਸ ਦੇ ਵਿੱਚ ਇੱਕ ਬਾਈਕ ਸਵਾਰ ਦੀ ਮੌਤ ਹੋ ਗਈ ਹੈ।